ਲਓ ਜੀ ਮਿੱਤਰੋ, ਅੱਜ ਲਿਆਤੀ ਤੁਹਾਡੇ ਲਈ ਇੱਕ ਹੋਰ ਚੰਗੀ ਬੱਚੀ। ਪੰਜ ਕਹਿਣ ਬਛੇਰੀ ਹੈ, ਕੰਨ ਕੁੰਨ ਚੰਗਾ, ਗਰਦਨ ਦਾ ਕੁੰਡ ਵੀ ਪੂਰਾ ਚੰਗਾ ਅਤੇ ਪਲੀ ਵੀ ਚੰਗੀ ਹੈ। ਬਾਕੀ ਗੱਲ ਰੇਟ ਤਾਂ ਆਪਣਾ ਜਾਇਜ਼ ਹੁੰਦਾ ਜੀ, ਇਹ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਆ। ਅਤੇ ਵੀਡੀਓ ਪੂਰੀ ਦੇਖ ਲਿਓ, ਡਿਟੇਲ ਆਪਾਂ ਵੀਡੀਓ 'ਚ ਹੀ ਸਾਰੀ ਦੇ ਦਿੰਦੇ ਹਾਂ। ਕੱਲ੍ਹ ਆਪਾਂ ਲਾਈਵ ਹੋਏ ਸੀ, ਕਾਫੀ ਭਰਾਵਾਂ ਦੇ ਫੋਨ ਆਏ ਸੀ, ਸੋਚਿਆ ਚਲੋ ਪਹਿਲਾਂ ਆਹ ਬੱਚੀ ਦੀ ਵੀਡੀਓ ਪਾ ਦੀ। ਅਤੇ ਪਹਿਲਾਂ ਤਾਂ ਸਵਾਗਤ ਦੋਸਤੋ ਤੁਹਾਡਾ ਸਾਰੇ ਸੱਜਣਾਂ ਦਾ, ਬਾਬਾ ਜੀਤ ਦਾ ਸਟੱਡਫਾਰਮ ਯੂਟਿਊਬ ਚੈਨਲ 'ਤੇ, ਅਤੇ ਜਿਹੜੇ ਭਰਾ ਆਪਣੇ ਨਾਲ ਫੇਸਬੁੱਕ ਪੇਜ 'ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ, ਜੀ ਆਇਆਂ ਨੂੰ। ਦੋਸਤੋ, ਨਵੀਂ ਸਵੇਰ, ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਹਾਂ ਜੀ। ਬਹੁਤ ਹੀ ਚੰਗੀ ਕਹਿ ਸਕਦੇ ਆਪਾਂ, ਆਲਾ ਦਰਜੇ ਦੀ ਬੱਚੀ ਲਿਆਏ ਤੁਹਾਡੇ ਲਈ। ਪਲੀ ਪੁਲੀ ਚੰਗੀ ਹੋਈ ਆ, ਘੱਟ ਕੰਡੀਸ਼ਨ ਆ, ਕੰਨਾਂ ਦੀ ਸੁੰਦਰਤਾ, ਮਾਰਕਾ ਮੁਰਕਾ ਪੂਰਾ ਪਰਫੈਕਟ ਆ। ਪੰਜ ਕੁ ਲੈਣਾ ਮਿੱਤਰੋ ਬੱਚੀ, ਸਾਰੀ ਡਿਟੇਲ ਹੀ ਦੇਵਾਂ ਕੀ ਖਾਨਦਾਨ ਆ, ਕੀ ਵੀਰਵਾ ਇਹਦਾ। ਅਤੇ ਆ ਜਾਓ ਵੀਡੀਓ ਚੱਲਦੀ ਚੱਲਦੀ ਉਹਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ ਅਤੇ ਸ਼ੇਅਰ ਕਰ ਦਿਓ, ਤਾਂ ਕਿ ਜਿਹੜਾ ਭਰਾ ਵੀ ਇੱਦਾਂ ਦੀ ਬੱਚੀ ਭਾਲਦਾ ਹੈ ਉਹਦੇ ਤਾਂ ਇਹ ਵੀਡੀਓ ਪਹੁੰਚ ਜੇ। ਵੀਡੀਓ ਜ਼ਿਆਦਾ ਲੰਬੀ ਨਹੀਂ, 3 ਕਮੈਂਟਾਂ ਦਾ ਹੀ ਸਮਾਂ ਲੈਣਾ, ਪਰ ਡਿਟੇਲ ਆਪਾਂ ਸਾਰੀ ਤੁਹਾਨੂੰ ਦੇ ਦਾਂਗੇ ਇਹਦੇ ਵਿੱਚ। ਜੇ ਕਿਸੇ ਭਰਾ ਦੇ ਪਸੰਦ ਆਈ, ਨੰਬਰ ਥੱਲੇ ਦਿੱਤਾ, ਰੇਟ ਆ ਨੰਬਰਾਂ 'ਤੇ ਪੁੱਛ ਲਿਓ। ਅਤੇ ਅੱਜ ਦੋਸਤੋ ਵੱਧਦੇ ਹਾਂ ਵੀਡੀਓ ਵੱਲ ਦਿੰਦੇ ਹਾਂ। ਦੋਸਤੋ, ਕਮੈਤ ਵਛੇਰੀ ਹੈ ਜੀ, ਪੰਜ ਕਲਿਆਣ, ਮਗਰਲੇ ਦੋ ਪੈਰ ਚਿੱਟੇ ਆ, ਮੂਹਰਲੇ ਦੋਨੇ ਥੋੜ੍ਹੇ ਥੋੜ੍ਹੇ ਰੁਪਈਏ ਜਿੰਨੇ ਚਿੱਟੇ ਆ, ਮੰਨ ਲਓ ਜਵਾਬ ਆਪਾਂ ਕਹਿ ਸਕਦੇ ਹਾਂ। ਅਤੇ ਮੱਥੇ ਪਟਾ ਬਹੁਤ ਸੋਹਣਾ, ਦੇਖੋ ਤੁਸੀਂ ਪਟਾ ਪੁਟਾ, ਪਟੇ ਦੇ ਨਾਲ ਨਾਲ ਤੁਸੀਂ ਗਰਦਨ ਵਾਲਾ ਕੁੰਡ ਦੇਖ ਸਕਦੇ ਹਾਂ, ਅਤੇ ਕੰਨਾਂ ਦੀ ਬਰੀਕੀ ਦੇਖ ਸਕਦੇ, ਜਮਾਂ ਡੇਢ ਡੇਢ ਇੰਚੀ ਦਾ ਕੰਨ ਆ ਯਾਰ, ਬੜਾ ਛੋਟਾ ਕੰਨ ਆ ਕਹਿ ਸਕਦੇ ਹਾਂ ਆਪਾਂ। ਬਾਕੀ ਕੁੰਡੀ ਵਾਲਾ ਕੰਨ ਆ ਦੋਸਤੋ। ਅਤੇ ਉਮਰ ਦੀ ਗੱਲ ਕਰੀ ਤਾਂ ਉਮਰ ਇਹਦੀ 10 ਕੁ ਮਹੀਨੇ ਹੋਈ ਹੈ ਜੀ, 10 ਤੋਂ ਅੰਦਰ ਹੀ ਹੋਊ, ਪਰ ਫਿਰ ਵੀ ਆਈਡੀਆ ਤੌਰ 'ਤੇ ਤੁਸੀਂ 10 ਮਹੀਨੇ ਮੰਨ ਕੇ ਚੱਲੋ, 10 ਮਹੀਨੇ ਉਮਰ ਆ। ਕਮੈਤ ਰੰਗ ਆ, ਵਾਲ ਭੌਰੀਆਂ ਦੀ ਜਮ੍ਹਾਂ ਸਾਫ਼ ਆ, ਮੱਥੇ ਸਿੰਗਲ ਭੌਰੀ ਆ, ਦੇ ਮਨ ਲੱਗਿਆ ਹੋਇਆ। ਇਹ ਸਾਰੀਆਂ ਚੀਜ਼ਾਂ ਮੈਂ ਤਾਂ ਦੱਸਦਾ ਕਿਉਂਕਿ ਕਈ ਭਰਾਵਾਂ ਦੇ ਫੋਨ ਆਉਂਦੇ, ਉਹਨਾਂ ਨੇ ਦੂਰੋਂ ਆਉਣਾ ਹੁੰਦਾ ਬੱਚੀ ਦੇਖਣ, ਉਹ ਕਹਿੰਦੇ ਵੀ ਭੌਰੀਆਂ ਦੀ ਸਾਫ਼ ਹੋਵੇ, ਹੱਥਾਂ ਪੈਰਾਂ ਦੀ ਸਾਫ਼ ਹੋਵੇ। ਤਾਂ ਆਪਾਂ ਪਹਿਲਾਂ ਹੀ ਦੱਸਤਾ ਦੋਸਤੋ, ਭੌਰੀਆਂ ਦੀ ਵੀ ਜਮ੍ਹਾਂ ਸਾਫ਼ ਆ, ਹੱਥਾਂ ਪੈਰਾਂ ਦੀ ਵੀ ਸਾਫ਼ ਆ, ਅਤੇ ਭੌਰੀਆਂ ਸਿੰਗਲ ਭੌਰੀ ਮੈਂ ਤਾਂ ਦੱਸਿਆ। ਕਈ ਵਾਰ ਹੁੰਦਾ ਵੀ ਅਗਲੇ ਨੂੰ ਹੁੰਦਾ ਬਾਈ ਇਹ ਸਿੰਗਲ ਭੌਰੀ ਆ, ਦੇ ਮਨ ਵੀ ਲੱਗੀ ਹੋਈ ਆ, ਸਾਰੀਆਂ ਚੀਜ਼ਾਂ ਦੋਸਤੋ। ਵਾਲ ਭੌਰੀ ਦੀ ਵੀ ਸਾਫ਼ ਆ, ਹੱਥਾਂ ਪੈਰਾਂ ਦੀ ਸਾਫ਼। ਬਾਕੀ ਜਿਹੜੀ ਆ ਵੀਡੀਓ ਲੇਟੈਸਟ ਵੀਡੀਓ, ਜੇ ਤੁਸੀਂ ਆਪਣੇ ਨਾਲ ਫੇਸਬੁੱਕ ਪੇਜ 'ਤੇ ਜੁੜੇ ਹੋਏ ਆ ਤੁਹਾਨੂੰ ਪਤਾ ਚੱਲ ਗਿਆ, ਉਹ ਕੱਲ੍ਹ ਆਪਾਂ ਸ਼ਾਮ ਨੂੰ ਜਦੋਂ ਇਹਦੀ ਫੋਟੋ ਵੀਡੀਓ ਕਰਨੀ ਸੀ ਨਾ ਉਦੋਂ ਲਾਈਵ ਹੋਈ ਸੀ ਆ ਬੱਚੀ ਨਾਲ। ਤਾਂ ਦੋਸਤੋ ਇਹ ਉਹ ਲਾਈਵ ਵਾਲੀ ਬੱਚੀ ਆ, ਪੰਜ ਕਲਿਆਣ ਬੱਚੀ ਆ, ਸਾਰੀ ਅੱਧੇ ਭਰਾਵਾਂ ਨੇ ਤਾਂ ਇਹ ਲਾਈਵ 'ਤੇ ਵੀ ਦੇਖ ਲਈ ਹੋਣੀ ਆ। ਅਤੇ ਆਏ ਨਹੀਂ ਨਾ ਵੀ ਵੀਡੀਓ, ਕਈ ਵਾਰ ਮਹੀਨਾ ਪੁਰਾਣੀ ਹੁੰਦੀ ਤਾਂ ਜਾਨਵਰ ਲਿੱਸਾ ਹੋਇਆ ਹੁੰਦਾ, ਉਹਦੀ ਵੀਡੀਓ ਪੁਰਾਣੀ ਪਾਈ ਜਾਂਦੀ, ਤਾਜ਼ੀ ਵੀਡੀਓ ਪਾਈਏ ਦੋਸਤੋ। ਅਤੇ ਬਾਕੀ ਪਲੀ ਪੁਲੀ ਬਹੁਤ ਚੰਗੀ ਆ, ਮਾਲਕਾਂ ਨੇ ਸਾਂਭਣ ਵਾਲੀ ਕਮੀ ਨਹੀਂ ਛੱਡੀ। ਅਤੇ ਇਹਦੀ ਮਾਂ ਵੀ ਬਹੁਤ ਡਬਲ ਸੀ, ਹਾਈਟ ਬਾਜ ਮਾਂ, ਅਤੇ ਦੁੱਧ ਦੁੱਧ ਪੂਰਾ ਹੀ ਸੀ ਉਹਦੇ ਥੱਲੇ, ਕਾਲੇ ਰੰਗ ਦੀ ਇਹਦੀ ਦੋਸਤੋ ਮਾਂ ਸੀ। ਅਤੇ ਮੇਰੇ ਹਿਸਾਬ ਨਾਲ ਬਾਹਲਾ ਨਹੀਂ ਤਾਂ 65 ਇੰਚ ਤਾਂ ਉਹਦਾ ਘੱਟੋ ਘੱਟ ਕੱਦ, ਉਹ 62 ਵੀ ਹੋ ਸਕਦਾ, 65 ਤਾਂ ਪੋਲਾ ਇਹ ਕੱਦ ਸੀ ਉਹਦਾ, ਮੰਨੀਏ ਵੀ ਆਪਾਂ ਬਿਨਾਂ ਮਿਣੇ ਜਿਹੜੇ ਅੰਦਾਜ਼ੇ ਤੌਰ 'ਤੇ ਦੱਸ ਸਕਦੇ ਹਾਂ। ਬਾਕੀ ਖਾਨਦਾਨ ਜੋ ਉਸ ਤੋਂ ਆਲੀਸ਼ਾਨ ਖਾਨਦਾਨ 'ਚੋਂ, ਦਿਲਸਾਨ ਘੋੜੇ ਦੀ ਪੋਤੀ ਆ, ਰਾਜਵੰਸ਼ ਘੋੜੇ ਦੀ ਬੱਚੀ ਆ, ਮਾਂ ਇਹਦੀ ਕਾਲੇ ਰੰਗ ਦੀ ਸੀ, ਮੱਥੇ ਪਟਾ, ਦੋ ਪੈਰ ਚਿੱਟਿਆਂ ਦੀ। ਸੋ ਜੋ ਕਿਸੇ ਭਰਾ ਦੇ ਇਹ ਬੱਚੀ ਚੱਲਦੀ ਹੋਈ, ਡਿਟੇਲ ਤਕਰੀਬਨ ਆਪਾਂ ਸਾਰੀ ਦੇਤੀ ਹੈ ਨਾ, ਇਹਦੀ ਪੁੱਠਾ ਪਾਠਾ ਲੈਂਥ ਲੁੰਥ ਵੀ ਚੰਗੀ ਆ, ਗਰਦਨ ਵੀ ਸੋਹਣੀ ਆ, ਕੰਨ ਕੰਡੀਸ਼ਨ ਦੀ ਵੀ ਚੰਗੀ ਆ, ਅਤੇ ਬਾਕੀ ਨਖਰਾ ਕਰੰਟ ਪੂਰਾ। ਸੋ ਜੇ ਕਿਸੇ ਭਰਾ ਦੇ ਇਹ ਬੱਚੀ ਪਸੰਦ ਆਉਂਦੀ ਹੋਈ, ਖਰੀਦਣ ਦਾ ਚਾਹਵਾਨ ਹੋਇਆ, ਐਡਰੈਸ ਵੀ ਤੁਹਾਨੂੰ ਪਤਾ ਹੀ ਆ, ਅਤੇ ਬਾਕੀ ਇਹ ਨੰਬਰ ਕਰ ਲਿਓ ਨੋਟ, 62-391-54-98-549-99-07। ਅਤੇ ਇਹ ਵੀਡੀਓ ਪਾਈਏ ਦੋਸਤੋ ਅੱਜ ਆਪਾਂ 6 ਅਕਤੂਬਰ ਦਿਨ ਐਤਵਾਰ ਨੂੰ। ਸੋ ਜਿਹੜੇ ਵੀ ਸੱਜਣ ਦੇ ਵੀਡੀਓ ਪਸੰਦ ਹੋਈ ਤਾਂ ਫੋਨ ਲਾ ਲਿਓ।